अल्लाह अलम्ला बरकु जनाब अईज़ रफीक मुस्तफ़ाई साहब मौजूद है अज अस इन्हें की गल पुछनी कि महंगाई कितनी हुई है आजाद कश्मीर के अंदर वालेकुम जी महंगाई तो बहुत ज़्यादा आई चुकी जी गरीब तबका इतना नहीं ਨੁਕਸਾਨ ਹੋਣਾ ਪਿਆ ਉਸकी ਤੁਸੀਂ ਸੋਚੀ ਵੀ ਨਾ ਸਕਣਾ ਹੈ ਚੀਨੀ ਇਤਨੀ ਮਹਿੰਗੀ ਹੋਈਗੀ ਆਟੇ ਦੀ ਗੁੱਥੀ ਇਤਨੀ ਮਹਿੰਗੀ ਹੋਈਗੀ 780 ਰੁਪਏ ਦੀ ਆਟੇ ਦੀ ਗੁੱਥੀ ਲੱਭਣੀ ਸੀ ਤਾਂ ਹੁਣ ਦੁਗਣਾ ਆਟੇ ਦੀ ਗੁੱਥੀ ਤਾਂ ਕੋਈ ਇਤਨੀ ਮਹਿੰਗਾਈ ਹੋਈਗੀ ਆਟੇ ਦੀ ਗੁੱਥੀ ਗਰੀਬ Banda ਕਿਆ ਕਰਾ ਆਟਾ ਨਾ ਕਿੰਨਾ ਦਾ ਹੋਰ ਕਿਆ ਕਿੰਨਾ ਗਰੀਬ Banda ਹਰ ਗਰੀਬ Banda ਲਈ ਤਾਂ ਬਹੁਤ ਮੁਸ਼ਕਲ ਹੋਈਗੀ ਹੈ ਜੀਣਾ ਜ਼ਿੰਦਗੀ ਉਸਨੇ ਤਾਂ ਬਹੁਤ ਉਹੀ ਹੋਈਗੀ ਹੈ ਇੱਕ ਤਾਂ ਚਲੋ ਆਟਾ ਮਹਿੰਗਾ ਹੋ ਗਿਆ ਨਾ 1000 ਰੁਪਏ 1200 ਹੋਈ ਗਿਆ ਹੋਰ ਕਿਆ ਕਿਆ ਮਹਿੰਗਾ ਹੋਇਆ ਹੋਰ ਹਰ ਚੀਜ਼ ਮਹਿੰਗੀ ਹੋਈਗੀ ਪੱਤੀ ਮਹਿੰਗੀ ਹੋਈਗੀ ਕਿਉਂ आलू प्याज हर एक चीज महंगी महगी चीज़ है सस्ती सब्जी भी महंगी थूम महंगा हर चीज महंगी कि मसाले महंगे हर चीज़ महंगी भी महंगा मह चीज़ है जी सस्ती है तो सोचो आप ਤਾਂ ਹੁਣ ਤੁਸੀਂ ਕੀ ਆਣਾ ਚਾਹਨੇ ਆ ਕਿ ਆਪੀਲ ਕਰਨਾ ਚਾਹਨੇ ਹੋ ਅਸਾਂ ਇਹ ਹੀ ਕਰਨਾ ਚਾਹਨੇ ਆ ਜੀ ਕਿ ਗਰੀਬ ਆਮ ਦਾ ਅਹਿਸਾਸ ਕਰੋ ਗਰੀਬ ਆਮ ਭੁੱਖੀ ਮਰਨੀ ਪਈ ਜਿਹੜਾ ਬੰਦਾ 500 ਨਹੀਂ ਦਿਹਾਰੀ ਲਾਣਾ ਪਿਆ ਤਾਂ ਉਹ ਕਿਆ ਕਰਸੀ ਉਹ ਦਸੂਹ ਕੇ ਕਾਰਨਾ ਕਿਤਨਾ ਕਿਤਨਾ ਖਰਚਾ ਟੋਸੀ ਕਾਰਨਾ ਬਿਜਲੀ ਨਾਲ ਬਿੱਲ ਦੇਸੀ ਯਾ ਕਿਰਾਇਆ ਦੇਸੀ ਯਾ ਕਿਆ ਕਰਸੀ ਯਾ ਖਾਸੀ ਆਪਣੇ ਬੱਚਿਆਂ ਨੇ ਸਕੂਲ ਦੀ ਫੀਸ ਬੱਚਿਆਂ ਨੇ ਫੀਸ ਦੇਸੀ ਯਾ ਕਿਆ ਕਰਸੀ ਸੋਪੋਤੋ ਕੋ ਬਹੁਤ ਜ਼ਿਆਦਾ ਮੰਗਾਈ ਹੋਈ ਹੈ ਇਸਾ ਮਾਰੂ ਇਸ ਗਰੀਬ ਆਮ ਨਾਲ ਅਹਿਸਾਸ ਕੋਈ ਨਹੀਂ ਕਰੀ ਰਿਹਾ ਕਮਤ ਕੋਈ ਕੁਸਾ ਕਮੈਨ ਨਲਾਈ ਕੋ ਮਤਾ ਕੋਈ ਇਸ ਆਮ ਨਾਲ ਕੋਈ ਗਰੀਬ ਨਾਲ ਕੋਈ ਅਹਿਸਾਸ ਕੋ ਨਹੀਂ तो जनाब इसलिए मोहित खनी साहब क्या क्या गल भाई बिल्कुल ठीक गल भाई है तो जनाब मैं वजीर आजम राम हादसा फील करना है कि जनाब इस चीज़ ने तुम नोटिस किनो तो और इसकी इन्होंने कम करो गरीबा का एहसास किया जाए तो इस वो मैं और क्या आखी है कि सारी गल भाई भाई होगी